ਜੀ ਬਿਲਕੁਲ ਦੇਖੋ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਪੈरिस ਜਾਣਾ ਸੀ ਔਰ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਅਮਰੀਕਾ ਜਾਣਾ ਸੀ ਪਰ ਦੋਨਾਂ ਨੂੰ ਇਜਾਜ਼ਤ ਨਹੀਂ ਮਿਲੀ ਸਪੀਕਰ ਸਾਹਿਬ ਇਸ ਵੇਲੇ ਸਾਡੇ ਨਾਲ ਹੀ ਨੇ ਸਪੀਕਰ ਸਾਹਿਬ ਐਸਾ ਕੀ ਤੁਹਾਨੂੰ ਕਾਰਨ ਲੱਗਦਾ ਤੁਹਾਡੀ ਗੱਲਬਾਤ ਵੀ ਹੋਈ ਹੋਏਗੀ ਕੋਈ ਪੱਤਰ ਵੀ ਆਇਆ ਹੋਏਗਾ ਕੀ ਕਾਰਨ ਸਮਝਦੇ ਹੋ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਇਜਾਜ਼ਤ ਨਹੀਂ ਮਿਲੀ ਔਰ ਤੁਹਾਨੂੰ ਵੀ ਇਜਾਜ਼ਤ ਨਹੀਂ ਮਿਲੀ ਹੈ ਉਹਦੇ ਪਿੱਛੇ ਕੋਈ ਜਿਹੜੇ ਤੱਥ ਨੇ ਉਹ ਦੱਸੇ ਗਏ ਨੇ ਕੋਈ ਕਾਰਨ ਦੱਸਿਆ ਗਿਆ ਹੈ देखो आधी सदी ਬਾਅਦ ਐਡੀ ਵੱਡੀ ਸਾਡੀ ਸਾਡੇ ਖਿਡਾਰੀਆਂ ਨੇ ਦੇਸ਼ ਵਾਸਤੇ ਮੌਕਾ ਲੈ ਕੇ ਆਂਦਾ ਕਿ ਅਸੀਂ ਆਸਟ੍ਰੇਲੀਆ ਨੂੰ ਹਰਾਇਆ ਐਡੇ ਤੜਲੇ ਨਾਲ ਉਹਨਾਂ ਦੀ ਹੌਸਲਾ ਫਜ਼ਾਈ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਉਥੇ ਪੈਰ ਰਜਣਾ ਚਾਹੁੰਦੇ ਸੀ ਜਾਣਾ ਚਾਹੀਦਾ ਸੀ ਦੇਸ਼ ਦਾ ਕਿੰਨਾ ਨਾਂ ਉੱਚਾ ਕੀਤਾ ਔਰ ਇਹਨਾਂ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਹੈ ਕੇਂਦਰ ਵਾਲਿਆਂ ਨੂੰ ਵੀ ਜਿੱਥੇ ਇਹਨਾਂ ਨੇ ਅਰਬਾਂ ਰੁਪਏ ਦਿੱਤੇ ਗੁਜਰਾਤ ਤੇ ਮੱਧ ਪ੍ਰਦੇਸ਼ ਨੂੰ ਉੱਥੋਂ ਕੁਝ ਵੀ ਨਹੀਂ ਆਇਆ ਤੇ ਇੱਧਰ ਤੁਸੀਂ ਦਿੱਤਾ ਹੀ ਕੱਖ ਨਹੀਂ ਪੰਜਾਬ ਦੇ ਤੇ ਇੱਥੇ ਸ਼ਾਵਾਸ਼ ਦੇਣਾ ਤੇ ਮੁੱਖ ਮੰਤਰੀ ਸਾਹਿਬ ਚਲੇ ਜਾਣ ਜਾਂ ਇਕੱਲੀਆਂ ਫੋਟੋਆਂ ਇਹਨਾਂ ਨੇ ਖਿਚਾਉਣੀਆਂ ਮੁੱਖ ਮੰਤਰੀ ਸਾਹਿਬ ਦੇ ਦੁਨੀਆਂ ਦੇ ਵਿੱਚ ਕੋਈ ਫੋਟੋ ਨਾ ਆ ਜੇ ਕਿਤੇ ਸੋ ਇਹ ਬੜੀ ਮੈਂ ਤਾਂ ਇਸ ਚੀਜ਼ ਦੀ ਨਿੰਦਾ ਕਰਦਾ ਔਰ ਦੂਸਰਾ ਜਿਹੜਾ ਮੇਰੀ ਵਿਜਿਟ ਦੀ ਗੱਲ ਹੈ ਵੀ ਸਾਰੀ ਨਾਰਥ ਅਮਰੀਕਾ ਦੇ ਲੈਜਿਸਲੇਟਰ ਇਕੱਠੇ ਹੋਣੀ ਉੱਥੇ ਐਮ ਐਲ ਏ ਇਕੱਠੇ ਹੋਣੇ ਇਧਰੋਂ ਆਪਣੇ ਐਮਐਲਏ ਜਾਣੀ ਉੱਥੇ ਤੂੰ ਸਾਰਿਆਂ ਨੇ ਆਪਸ ਵਿੱਚ ਜਿਹੜਾ ਵਿਚਾਰ ਵਟਾਂਦਰਾ ਕਰਨਾ ਉਹਦਾ ਸਾਨੂੰ ਵੀ ਫਾਇਦਾ ਹੋਣਾ ਉਹਨਾਂ ਨੂੰ ਫਾਇਦਾ ਹੋਣਾ ਜੇ ਤੁਸੀਂ ਕਹਿੰਦੇ ਵੀ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਵਿਸ਼ਵ ਗੁਰੂ ਐ ਤਾਂ ਨਹੀਂ ਬਣਨਾ ਕੋਈ ਗੁਣਾਂ ਦਾ ਆਦਾਨ-ਪ੍ਰਦਾਨ ਕਰਕੇ ਬਣਨਾ ਨਾ ਕੋਈ ਚਾਰ ਗੱਲਾਂ ਅਸੀਂ ਜਿਹੜੀਆਂ ਚੰਗੀਆਂ ਇੱਥੇ ਕਰਦੇ ਹਾਂ ਉਹ ਉਹਨਾਂ ਨੂੰ ਦੱਸ ਦੇ ਉਹਨਾਂ ਦੀ ਕਿਉਂਕਿ ਦੁਨੀਆ ਦੀ ਸਭ ਤੋਂ ਐਡਵਾਂਸ ਡੈਮੋਕ੍ਰੇਸੀ ਹੈ ਅਮਰੀਕਾ ਉੱਥੋਂ ਦੇ ਐਮਐਲਏ ਨਾਲ ਮਿਲਦੇ ਅਸੀਂ 2-3 ਦਿਨ ਦਾ ਪ੍ਰੋਗਰਾਮ ਸੀ 4 ਤੋਂ 7 ਤਰੀਕ ਦਾ ਔਰ ਉਹਦਾ ਜਿਹੜੀ ਸੰਸਥਾ ਕਰਾ ਰਹੀ ਹੈ ਪੂਨੇ ਦੀ ਉੱਥੇ ਉਹਨਾਂ ਨੇ 2 ਲੱਖ ਰੁਪਏ ਤਾਂ ਮੇਰਾ ਉੱਥੇ ਉਹ ਭਰਿਆ ਹੋਇਆ ਮੇਰੇ ਵਾਸਤੇ ਉਹਨਾਂ ਨੇ ਉਹਦੇ ਰਹਿਣ ਖਾਣ ਦਾ ਜਿਹੜਾ ਇੰਤਜ਼ਾਮ ਕਰਨਾ ਸੀ ਸੋ ਇੱਕ ਪ੍ਰਾਈਵੇਟ ਸੰਸਥਾ ਦਾ ਕਹਿ ਰਹੀ ਹੈ ਵੀ ਦੇਸ਼ ਦੇ ਜਿਹੜੀ ਡੈਮੋਕ੍ਰੇਸੀ ਨੂੰ ਉੱਪਰ ਸਟਰੋਂਗ ਕਰਨਾ ਹੈ ਤੇ ਸਰਕਾਰ ਦਾ ਪਤਾ ਨਹੀਂ ਕੀ ਢੇਡ ਦੁਖਦਾ ਕੇਂਦਰ ਸਰਕਾਰ ਦਾ ਸੋ ਇਹ ਅੱਜ ਫੇਰ ਦੇਖੋ ਕੱਲਾ ਪੰਜਾਬ ਦਾ ਨਹੀਂ ਮੇਰਾ ਨਹੀਂ ਕੀਤਾ ਹਿਮਾਚਲ ਵਾਲਿਆਂ ਦਾ ਵੀ ਕਰਤਾ ਸਪੀਕਰ ਸਾਹਿਬ ਦਾ ਕਰਨਾਟਕ ਵਾਲਿਆਂ ਦਾ ਵੀ ਕਰਤਾ ਕਮਾਲ ਦੀ ਗੱਲ ਹੈ ਜੀ ਫਿਰ ਆਪਣੇ ਕੇਰਲ ਵਾਲਿਆਂ ਦਾ ਵੀ ਕਰਤਾ ਸੋ ਮੈਨੂੰ ਤਾਂ ਇਹਦੇ ਚ ਪਤਾ ਨਹੀਂ ਕੋਈ ਨਾ ਸਮਝੀ ਲੱਗਦੀ ਹੈ ਬਾਕੀ ਤੁਸੀਂ ਉਹਨਾਂ ਨੂੰ ਪੁੱਛ ਲਿਓ ਸਿਕਰ ਸਾਹਿਬ ਕੋਈ ਕਾਰਨ ਦਿੱਤਾ ਗਿਆ ਵੈਸੇ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਜਾਂ ਉਹਨਾਂ ਦੇ ਦਫ਼ਤਰ ਚ ਕੋਈ ਤੁਹਾਨੂੰ ਪਤਾ ਲੱਗਾ ਹੋਵੇ ਕਿ ਜਿਹੜੀ ਚਿੱਠੀ ਕਹਿੰਦੇ ਨੇ ਕਿ ਉਧਰੋਂ ਕੋਈ ਕਾਰਨ ਦੱਸਣ ਦੀ ਚਿੱਠੀ ਭੇਜੀ ਗਈ ਹੋਵੇਗੀ ਜਵਾਬ ਦਿੱਤਾ ਗਿਆ ਹੋਵੇਗਾ ਉਹਦੇ ਚ ਕਿਉਂਕਿ ਜਿਹੜੀ ਚਰਚਾ ਚਰਚਾ ਤੇ ਹੀ ਚੱਲ ਰਹੀ ਹੈ ਕਿ ਕੋਈ ਸਿਕਿਉਰਿਟੀ ਦਾ ਹਵਾਲਾ ਦੇ ਦਿੱਤਾ ਗਿਆ ਕੀ ਸਮਝਦੇ ਹੋ ਕੋਈ ਇਦਾਂ ਦਾ ਫੈਕਟ ਦੱਸਿਆ ਗਿਆ ਨਾ ਕੋਈ ਫੈਕਟਰੀ ਕੋਈ ਹਵਾਲਾ ਨਹੀਂ ਦਿੱਤਾ ਸਿੱਧਾ ਕਹਿੰਦਾ ਜੀ ਨੋ ਨੋ ਪੋਲਿਟਿਕਲ ਕਰੀਅਰ ਬਸ ਕਮਾਲ ਦੀ ਗੱਲ ਹੈ ਜੀ ਪਰ ਕਿਉਂ ਜਿਹੜੇ ਕੁਝ ਨਾਮ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਐਸਾ ਕਿਉਂ ਲੱਗਦਾ ਤੁਹਾਨੂੰ ਕਿ ਜਿਹੜੇ ਨਾਵਾਂ ਨੂੰ ਨੋ ਹੋਈ ਹੈ ਕੁਝ ਨੂੰ ਯਸ਼ਵੀਤ ਹੋਈ ਹੈ ਤੇ ਕੁਝ ਨੂੰ ਨੋ ਹੋਈ ਹੈ ਜਿਹੜੀ ਨੋ ਜਿੰਨਾ ਜਿੰਨਾਂ ਨੂੰ ਹੋਈ ਤੁਹਾਨੂੰ ਕੀ ਲੱਗਦਾ ਇਹ ਨੋ ਵਾਲੇ ਵਿਅਕਤੀ ਜਿਹੜੇ ਆ ਕਿਉਂ ਚੁਣेंगे ਇਹ ਮੈਨੂੰ ਤਾਂ ਲੱਗਦਾ ਵੀ ਜਿਹੜੇ ਇੰਡੀਆ ਬਲੌਗ ਦੀਆਂ ਸਰਕਾਰਾਂ ਜਿੱਥੇ ਉੱਥੋਂ ਵਾਲੇ ਮਾਨਯੋਗ ਸਪੀਕਰ ਸਭਾ ਬਣਨ ਨੂੰ ਰੁਕਿਆ ਇਹ ਲੱਗਦਾ ਦੇਖਣ ਨੂੰ ਪਹਿਲੀ ਨਜ਼ਰੇ ਬਾਕੀ ਉਹ ਉੱਤਰ ਦੇਣਗੇ ਕੀ ਆ अच्छा ਜਿੱਦਾਂ ਕਹਿੰਦੇ ਨੇ ਕਿਤੇ ਵੀ ਕੋਈ ਆਬਜੈਕਸ਼ਨ ਹੋ ਜਾਂਦੀ ਹੈ ਫਰੋਧ ਤੇ ਆਪਾਂ ਅਪੀਲ ਦਲੀਲ ਵੀ ਹੁੰਦੀ ਹੈ ਤਾਂ ਤੁਹਾਨੂੰ ਜਿਹੜੀ ਨੋ ਹੋਈ ਆ ਇਹਦੀ ਆਵਾਜ਼ ਤੁਸੀਂ ਚੁੱਕੋਗੇ ਕਿਉਂਕਿ ਪ੍ਰੋਬਲਮ ਅੱਗੇ ਤੋਂ ਵੀ ਹੁੰਦੇ ਰਹਿਣੇ ਆ ਅੱਗੇ ਤੋਂ ਵੀ ਤੁਹਾਨੂੰ ਜਾਣਾ ਪੈ ਸਕਦਾ ਤਾਂ ਇਸ ਨੋ ਦਾ ਜਵਾਬ ਮੰਗਣ ਦੇ ਲਈ ਜਾਂ ਇਸ ਨੋ ਦੀ ਆਵਾਜ਼ ਚੁੱਕਣ ਦੇ ਲਈ ਕਿੱਥੇ ਜਾਓਗੇ ਤੇ ਦੇਖੋ ਇਹ ਅਸੀਂ ਸਾਡੇ ਜਿਹੜੇ ਪੈਟਰਨ ਆ ਉਹ ਮਾਨਯੋਗ ਸਪੀਕਰ ਲੋਕ ਸਭਾ ਸ਼੍ਰੀ ਓਮ ਬਿਰਲਾ ਜੀ ਹੈ ਤੁਸੀਂ ਉਹਨਾਂ ਨਾਲ ਗੱਲ ਕਰਾਂਗੇ ਸਾਡੀ ਮੀਟਿੰਗਸ ਵੀ ਹੁੰਦੀਆਂ ਰਹਿੰਦੀਆਂ ਉੱਥੇ ਵੀ ਗੱਲ ਉਠਾਵਾਂਗੇ ਇਹ ਆ ਇਹ ਤਾਂ ਬੜਾ ਮਤਲਬ ਮੰਧ ਭਗਾ ਤੁਸੀਂ ਇਸ ਤਰ੍ਹਾਂ ਥੋੜੀ ਤੁਸੀਂ ਰੋਕ ਸਕਦੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਹਦੇ ਤੇ ਕੋਈ ਮੀਟਿੰਗ ਵੀ ਹੋ ਸਕਦੀ ਹੈ ਜਾਂ ਤੁਹਾਨੂੰ ਬੁਲਾ ਕੇ ਪੁੱਛਿਆ ਜਾ ਸਕਦਾ ਹੈ ਜਾਂ ਤੁਹਾਨੂੰ ਇਹਦਾ ਕੋਈ ਤਰਕ ਦਿੱਤਾ ਜਾ ਸਕਦਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਸਿਆਸਤ ਐਸੀ ਹੋ ਗਈ ਹੈ ਕਿ ਸ਼ਾਇਦ ਪਹਿਲਾਂ ਜਿਹੜੀਆਂ ਚੀਜ਼ਾਂ ਨਹੀਂ ਸੁਣੀਆਂ ਹੋਣੀਆਂ ਉਹ ਚੀਜ਼ਾਂ ਵਾਪਰ ਦੀਆਂ ਨੇ ਹਾ ਹੋ ਮੈਂ ਤਾਂ ਅੱਜ ਤਾਈਂ ਵੇਖਿਆ ਨਹੀਂ ਸੀ ਵੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਕਰੇ ਪਾਣੀ ਵੜਿਆ ਹੋਵੇ ਸੋ ਨਾ ਅਣ ਹੋਣੀਆਂ ਗੱਲਾਂ ਹੀ ਹੋ ਰਹੀਆਂ ਇਹ ਵੀ ਅਣ ਹੋਣੀ ਗੱਲ ਹੀ ਹੈ ਜੀ ਅੱਛਾ ਪਿਛਲੇ ਕੁਝ ਟਾਈਮ ਤੋਂ ਆਪਾਂ ਦੇਖ ਰਹੇ ਹਾਂ ਜੀ ਪੰਜਾਬ ਔਰ ਕੇਂਦਰ ਲਗਾਤਾਰ ਅਸੀਂ ਹਮਲਾਵਰ ਦੇਖਦੇ ਆਂ ਉਧਰੋਂ ਇਲਜ਼ਾਮ ਲੱਗ ਜਾਂਦੇ ਨੇ ਕਿ ਪੰਜਾਬ ਵਾਲੇ ਕੋਆਪਰੇਟ ਨਹੀਂ ਕਰਦੇ ਇਧਰੋਂ ਇਲਜ਼ਾਮ ਲੱਗ ਜਾਂਦੇ ਨੇ ਕਿ ਕੇਂਦਰ ਦੀ ਜਿਹੜੀ ਨੀਤੀ ਆ ਉਹ ਪੰਜਾਬ ਦੇ ਪ੍ਰਤੀ ਸਹੀ ਨਹੀਂ ਆ ਪਰ ਤਲਕੀ ਦੋਨਾਂ ਦੇ ਵਿੱਚ ਜਿਹੜੀ ਵੱਧਦੀ ਆ ਨਹੀਂ ਲੱਗਦਾ ਕਿ ਉਹਦਾ ਨੁਕਸਾਨ ਜਿਹੜਾ ਉਹ ਸੂਬੇ ਨੂੰ ਕਿਤੇ ਨਾ ਕਿਤੇ ਚੱਲਣਾ ਪੈਂਦਾ ਹੁਣ ਜਿਸ ਤਰ੍ਹਾਂ ਸਵਾਲ ਉੱਠ ਰਹੇ ਨੇ ਪੰਜਾਬ ਦੇ ਕਰਜ਼ੇ ਚੱਕਰ ਨੂੰ ਲੈ ਕੇ ਫਿਰ ਤੋਂ ਸਵਾਲ ਉੱਠ ਖੜੇ ਨੇ ਕਿ ਪੰਜਾਬ ਨੇ ਕਿੰਨੇ ਕਰਜ਼ਾ ਹੋਰ ਲੈ ਲਿਆ ਦੇਖੋ ਇਹ ਸਾਰਾ ਕੁਝ ਕਲੀਅਰ ਕਰ ਸਕਦੇ ਆ ਮਾਨਯੋਗ ਵਿੱਤ ਮੰਤਰੀ ਸਾਹਿਬ ਸੋ ਇਹਨਾਂ ਚੀਜ਼ਾਂ ਇਨਟੀਗ੍ਰਿਟੀ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਇਹ ਜ਼ਰੂਰ ਆ ਵੀ ਜਿਹੜਾ ਕੇਂਦਰ ਦਾ ਤੇ ਸਟੇਟਾਂ ਦਾ ਜਿਹੜਾ ਰਿਸ਼ਤਾ ਹੈ ਬੜਾ ਕੋਆਰਡੀਅਲ ਹੋਣਾ ਚਾਹੀਦਾ ਰਾਜਨੀਤੀ ਇਲੈਕਸ਼ਨਾਂ ਤੱਕ ਸੀਮਿਤ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਤਾਂ ਤੁਹਾਡੀ ਕੰਸਟਰਕਟਿਵ ਰਾਜਨੀਤੀ ਜਾਏਗੀ ਅਜ ਇੱਕ ਸਪੀਕਰ ਸਾਹਿਬ ਪੰਜਾਬ ਦੇ ਗਵਰਨਰ ਜਿਹੜੇ ਹੁਣ ਨਵੇਂ ਆ ਗਏ ਨੇ ਗਵਰਨਰ ਸਾਹਿਬ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਮਾਹੌਲ ਆ ਜਿਹੜਾ ਜਿਸ ਤਰ੍ਹਾਂ ਦਾ ਬਣਿਆ ਰਿਹਾ ਤਾਂ ਹੁਣ ਤੁਹਾਨੂੰ ਲੱਗਦਾ ਹੈ ਕਿ ਮਾਹੌਲ ਸੁਖਾਵਾਂ ਹੋਏਗਾ ਹਾਲਾਂਕਿ ਅਨੋ ਤੋਂ ਬਾਅਦ ਫੇਰ ਹੈ ਜਿਹੜਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਅੱਧੀ ਪਿੰਨ ਜੀ ਹੋਰ ਇਧਰਲੇ ਪਾਸੇ ਲੱਗ ਗਈ ਤਾਂ ਤੁਹਾਨੂੰ ਲੱਗਦਾ ਹੈ ਕਿ ਨਵੇਂ ਸਪੀਕਰ ਆਪਣਾ ਜਿਹੜੇ ਨਵੇਂ ਰਾਜਪਾਲ ਨੇ ਤੇ ਤੁਹਾਡਾ ਸਪੀਕਰ ਸਰਕਾਰ ਇਹ ਤਾਲਮੇਲਾ ਜਿਹੜਾ ਉਹ ਠੀਕ ਠਾਕ ਬੈਠੇ ਕਿਉਂਕਿ ਸਪੀਕਰ ਨਾਲ ਵੀ ਤਲਕੀ ਇੱਕ ਵਾਰੀ ਹੋ ਗਈ ਸੀ ਤੁਸੀਂ ਹਟੇ ਹੋ ਨਾ ਪਿੰਨਾ ਲਾਉਣਾ ਵੀ ਇਹਦੇ ਨੋਹ ਚ ਗਵਰਨਰ ਸਾਹਿਬ ਦਾ ਕੀ ਕੀ ਦੋਸ਼ ਹੈ ਉਹਨਾਂ ਦਾ ਤਾਂ ਨਾ ਹੀ ਗੁਲਾਬ ਜਾਂਦਾ ਸੋ ਚੰਗਾ ਹੀ ਹੋਏਗਾ ਜੀ ਉਹ ਬਹੁਤ ਵਧੀਆ ਹੋਏਗਾ ਜੀ ਅੱਛਾ ਸਪੀਕਰ ਸਾਹਿਬ ਇੱਕ ਤੁਸੀਂ ਚਿੱਠੀ ਵੀ ਲਿਖੀ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਖੇਤਰੀ ਪਛਾਣ ਨੂੰ ਲੈ ਕੇ ਉਸ ਚਿੱਠੀ ਬਾਰੇ ਸਮਝਣਾ ਚਾਹਾਂ ਮੈਂ ਤਾਂ ਲੱਗਦਾ ਹੈ ਕਿ ਉਸ ਚਿੱਠੀ ਨੂੰ ਲੈ ਕੇ ਕੋਈ ਕਾਰਵਾਈ ਹੋ ਵੀ ਸਕਦੀ ਹੈ ਕੋਈ ਗੱਲਬਾਤ ਵੀ ਹੋ ਸਕਦੀ ਹੈ ਔਰ ਉਹਦਾ ਪੰਜਾਬ ਨੂੰ ਕੋਈ ਲਾਭ ਵੀ ਹੋ ਸਕਦਾ ਨਹੀਂ ਦੇਖੋ ਇਹ ਪੰਜਾਬ ਨੂੰ ਨਹੀਂ ਇਹ ਤਾਂ ਦੇਸ਼ ਨੂੰ ਲਾਹਾ ਦੇਣ ਵਾਲੀ ਗੱਲ ਹੈ ਜਿਹੜੀਆਂ ਅਰੀਜਨਲ ਪਛਾਵਾਂ ਹੈ ਸਾਡੇ ਦੇਸ਼ ਦੀ ਖੂਬਸੂਰਤੀ ਹੈ ਸਾਡੇ ਦੇਸ਼ ਦੀ ਜਿਹੜੀ ਦੁਨੀਆ ਦੇ ਵਿੱਚ ਖੂਬਸੂਰਤੀ ਇਹੀ ਹੈ ਨਾ ਵੀ ਯੂਨਿਟੀ ਐਂਡ ਡਾਈਵਰਸਿਟੀ ਵਿਪੰਤਾ ਵਿਪੰਤਾ ਦੇ ਵਿੱਚ ਇਕਤਾ ਅਨੇਕਤਾ ਦੇ ਵਿੱਚ ਇਕਤਾ ਸੋ ਉਹ ਚੀਜ਼ਾਂ ਨੂੰ ਤੁਸੀਂ ਬਰਕਰਾਰ ਰੱਖਣਾ ਹੈ ਔਰ ਇਸ ਚੀਜ਼ ਦੀ ਸ਼ਾਦੀ ਸਾਡਾ ਕਨਸਟੀਟਿਊਸ਼ਨ ਵੀ ਸਾਡਾ ਸੰਵਿਧਾਨ ਵੀ ਪਰਦਾ ਸੋ ਤੁਸੀਂ ਕੱਲਾ ਅੰਗਰੇਜ਼ੀ ਨੂੰ ਤੇ ਹਿੰਦੀ ਨੂੰ ਤੁਸੀਂ ਅੱਗੇ ਲਾ ਕੇ ਚੱਲੋਗੇ ਤੇ ਦੂਜੀਆਂ ਭਾਸ਼ਾਵਾਂ ਨੂੰ ਬਣਦਾ ਮਾਨਤਾਕਰ ਨਾ ਦੇਵੋਗੇ ਇਹ ਸੰਵਿਧਾਨ ਦਾ ਵੀ ਮਾਨਤਾਕਰ ਦੀ ਉਮਾਨਾ ਕਰਨ ਵਾਲੀ ਗੱਲ ਹੈ ਸੋ ਉਹ ਮੈਂ ਗੱਲ ਕਨਵੇ ਕੀਤੀ ਆ ਮਹਾ ਮੇਮ ਰਾਸ਼ਟਰਪਤੀ ਜੀ ਨੂੰ ਔਰ ਉਹਦੇ ਲਈ ਮੈਂ ਸਮਾਂ ਵੀ ਮੰਗਾਗਾ ਮੈਂ ਜਾ ਕੇ ਵੀ ਉਹਨਾਂ ਨੂੰ ਕਹਿ ਕੇ ਆਵਾਂਗੇ ਜ਼ਰੂਰੀ ਹੈ ਜਿੱਥੇ ਕਿਤੇ ਵੀ ਜਾਣਾ ਹੈ ਦੇਸ਼ ਦੇ ਵਿੱਚ ਉਹਨੂੰ ਕੋਈ ਕਮਿਊਨੀਕੇਸ਼ਨ ਜਾਣੀ ਹੈ ਤਾਂ ਬਿਲਕੁਲ ਉੱਥੋਂ ਦੇ ਜਿਹੜੇ ਤੌਰ ਤਰੂ ਤਰੀਕੇ ਆ ਉੱਥੋਂ ਦੇ ਕਲਚਰ ਆ ਉੱਥੋਂ ਦੀ ਭਾਸ਼ਾ ਉਹਨੂੰ ਮਾਨ ਦੇਣਾ ਚਾਹੀਦਾ